ਹਾਈ ਫਰੈਂਡਸ ਵੈਲਕਮ ਕਰਦੀ ਹਾਂ ਤੁਹਾਡਾ ਸਾਰਾ ਦਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ मीत एकेडमी ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਪੁਲਿਸ ਡਿਪਾਰਟਮੈਂਟ ਦੀਆਂ ਕੁਝ ਵੈਕੈਂਸੀਜ਼ ਹੈ ਜਿਹੜੀਆਂ ਆਊਟ ਕਰ ਦਿੱਤੀ ਗਈਆਂ ਹਨ ਔਰ ਸਾਰੇ ਦੇ ਸਾਰੇ ਮੁੰਡੇ ਅਤੇ ਕੁੜੀਆਂ ਇਹਦੇ ਵਾਸਤੇ ਐਲੀਜੀਬਲ ਹਨ ਅਪਲਾਈ ਕਰ ਸਕਦੇ ਆ ਸੋ ਕਿਵੇਂ ਤੁਸੀਂ ਅਪਲਾਈ ਕਰਨਾ ਕੌਣ-ਕੌਣ ਇਹਦੇ ਵਿੱਚ ਐਲੀਜੀਬਲ ਹੋਣ ਵਾਲਿਆ ਸਾਰਾ ਮੈਂ ਤੁਹਾਨੂੰ ਬਰੀਫ ਚ ਦੱਸਾਂਗੀ ਲਿੰਕ ਐਕਟੀਵੇਟ ਅੱਜ ਤੋਂ ਹੋ ਚੁੱਕਾ ਹੈ ਕਿਵੇਂ ਅਪਲਾਈ ਕਰਨਾ ਸਾਰਾ ਮੈਂ ਤੁਹਾਨੂੰ ਪ੍ਰੋਪਰ ਇਹਦੇ ਵਿੱਚ ਗਾਈਡ ਕਰਾਂਗੀ ਸੋ ਵੀਡੀਓ ਨੂੰ ਕੰਪਲੀਟ ਜ਼ਰੂਰ ਦੇਖਿਓ ਇਸੇ ਤਰ੍ਹਾਂ ਤੁਸੀਂ ਚਾਹਦੇ ਹੋ ਪੰਜਾਬ ਸਟੇਟ ਦੀ ਹਰ ਇੱਕ ਭਰਤੀ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਵੇ ਆਫੀਸ਼ੀਅਲ ਨੋਟੀਫਿਕੇਸ਼ਨ ਪੀਡੀਐਫ ਦੇ ਨਾਲ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਇਹਨਾਂ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ ਤੇ ਮਿਲਦਾ ਰਹੇਗਾ ਜਦ ਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਇਨਫੋਰਮੇਸ਼ਨ ਲੈ ਕੇ ਆਵਾਂਗੀ ਦੱਸਣਾ ਚਾਹਾਂਗੀ ਪੰਜਾਬ ਦੇ ਵਿੱਚ ਇਸ ਰਿਕਰੂਟਮੈਂਟ ਤੋਂ ਇਲਾਵਾ ਦੋ ਤੋਂ ਤਿੰਨ ਅਲੱਗ-ਅਲੱਗ ਡਿਪਾਰਟਮੈਂਟ ਦੀ ਨੋਟੀਫਿਕੇਸ਼ਨ ਆਲਰੇਡੀ ਆ ਚੁੱਕੇ ਆ ਜਿਹੜੇ ਮੈਂ ਆਪਣੀ ਆਫੀਸ਼ੀਅਲ ਸਾਈਟ www.clo.com ਤੇ ਅਪਡੇਟ ਕਰਕੇ ਆ ਚੁੱਕੀਆਂ ਆ ਉੱਥੇ ਜਾ ਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਆ ਜਦੋਂ ਤੁਸੀਂ ਵੈਬਸਾਈਟ ਤੇ ਜਾਓਗੇ ਉੱਥੇ ਤੁਹਾਨੂੰ ਇੱਕ ਅਲੱਗ ਤੋਂ ਕਾਲਮ ਮਿਲ ਜਾਂਦਾ ਹੈ ਪੰਜਾਬ ਗਵਰਨਮੈਂਟ ਜੋਬਸ ਦਾ ਉੱਥੇ ਕਲਿੱਕ ਕਰਕੇ ਪੰਜਾਬ ਦੇ ਜਿਹੜੇ ਵੀ ਵੈਕੈਂਸੀਜ਼ ਆਈਆਂ ਚਾਹੇ ਉਹ ਕੰਟਰੈਕਟ ਬੇਸਿਸ ਹੋਣ ਚਾਹੇ ਰੈਗੂਲਰ ਹੋਣ ਉੱਥੇ ਕਲਿੱਕ ਕਰਕੇ ਸਾਰੀ ਇਨਫੋਰਮੇਸ਼ਨ ਤੁਹਾਨੂੰ ਇੱਕ ਹੀ ਪੇਜ ਤੇ ਮਿਲ ਜਾਂਦੀ ਹੈ ਹੁਣ ਆਪਾਂ ਗੱਲ ਕਰਦੇ ਆ ਰਿਕਰੂਟਮੈਂਟ ਦੀ ਜਿਹੜੀ ਕਿ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਵਿੱਚ ਆਈ ਹੋਈ ਹੈ ਕਿਵੇਂ ਤੁਸੀਂ ਇਹਦੇ ਵਿੱਚ ਅਪਲਾਈ ਕਰਨਾ ਹੈ ਕੌਣ-ਕੌਣ ਇਹਦੇ ਵਿੱਚ ਕਦ ਤੋਂ ਕਦ ਤੱਕ ਗਿਹੜਾ ਅਪਲਾਈ ਕਰ ਸਕਦਾ ਹੈ ਸਭ ਤੋਂ ਇੰਪੋਰਟੈਂਟ ਗੱਲ ਇਹ ਦੇ ਵਾਸਤੇ ਆਨਲਾਈਨ ਹੀ ਹਮੇਸ਼ਾ ਹੀ ਤਰ੍ਹਾਂ ਤੁਸੀਂ ਅਪਲਾਈ ਕਰਨਾ ਹੈ ਤੇ ਅਪਲਾਈ ਕਰਨਾ ਵੀ ਸ਼ੁਰੂ ਹੋ ਚੁੱਕਿਆ ਹੈ ਹੁਣ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਲੈ ਚਲਦੀ ਹਾਂ ਉੱਥੇ ਜਾ ਕੇ ਆਪਾਂ ਗੱਲ ਕਰਦੇ ਆ ਕਿਵੇਂ ਅਪਲਾਈ ਕਰਨਾ ਹੈ ਕੀ ਕੀ ਇਹਦੇ ਵਿੱਚ ਐਲੀਜੀਬਿਲਟੀ ਰਹਿਣ ਵਾਲੀ ਹੈ ਤੇ ਕਿੱਦਾਂ-ਕਿੱਦਾਂ ਤੁਸੀਂ ਇਹਦੇ ਵਾਸਤੇ ਅਪਲਾਈ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਆ ਚੁੱਕੇ ਹਾਂ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਤੇ ਤੁਸੀਂ ਕਿਸੇ ਵੀ ਜੌਬ ਦੇ ਪੰਜਾਬ ਦੀ ਤਿਆਰੀ ਕਰ ਰਹੇ ਹੋ ਸਭ ਤੋਂ ਪਹਿਲਾਂ ਸਟੱਡੀ ਮਟੀਰੀਅਲ ਜ਼ਰੂਰ ਡਾਊਨਲੋਡ ਕਰਿਓ ਡਿਸਕ੍ਰਿਪਸ਼ਨ ਇੱਥੇ ਤੁਹਾਨੂੰ ਲਿੰਕ ਮਿਲ ਜਾਊਗਾ ਬਹੁਤ ਹੀ ਵੈਲਿਊਏਬਲ ਬੁੱਕਸ ਹੈ ਤੁਹਾਨੂੰ ਕਿਤੇ ਕੈਰੀ ਕਰਨ ਦੀ ਜ਼ਰੂਰਤ ਨਹੀਂ ਹੈ ਸਿਰਫ ਪੀਡੀਐਫ ਫਾਰਮੈਟ ਦੇ ਵਿੱਚ ਹੈ ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਸ਼ੁਰੂ ਕਰ ਸਕਦੇ ਹਾਂ ਕਿਸੇ ਵੀ ਪੰਜਾਬ ਲੈਵਲ ਐਗਜ਼ਾਮ ਦੀ ਬਹੁਤ ਹੀ ਵੈਲਿਊਏਬਲ ਬੁੱਕਸ ਹੈ ਚੈੱਕ ਕਰਕੇ ਤੁਸੀਂ ਉਹਨਾਂ ਨੂੰ ਡਾਊਨਲੋਡ ਜ਼ਰੂਰ ਕਰਿਓ ਹੁਣ ਆਪਾਂ ਗੱਲ ਕਰਦੇ ਪਏ ਆ ਰਿਕਰੂਟਮੈਂਟ ਦੀ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ ਤੁਹਾਨੂੰ ਸਾਡੀ ਆਫੀਸ਼ੀਅਲ ਸਾਈਟ ਤੇ ਵੀ ਮਿਲ ਜੂਗਾ ਮੈਂ ਸਿੱਧਾ ਲਿੰਕ ਆਪਣੇ ਆਫੀਸ਼ੀਅਲ ਸਾਈਟ ਦਾ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਸੈਕਿੰਡ ਨੰਬਰ ਦੇ ਉੱਤੇ ਜਿਹੜਾ ਲਿੰਕ ਮਿਲੂਗਾ ਉਹ ਏਸੇ ਰਿਕਰੂਟਮੈਂਟ ਦਾ ਲਿੰਕ ਮਿਲੂਗਾ ਸੈਕਿੰਡ ਵਾਲਾ ਲਿੰਕ ਉੱਥੇ ਕਲਿੱਕ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਆ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਜਿਹਦਾ ਅਪਲਾਈ ਕਰਨਾ ਸ਼ੁਰੂ ਹੋ ਚੁੱਕਿਆ ਹੈ ਲਾਸਟ ਡੇਟ ਜਿਹੜੀ ਅਪਲਾਈ ਕਰਨ ਦੀ ਹੈ 31 ਮਈ 2021 ਸ਼ਾਮ 5 ਵਜੇ ਤੱਕ ਤੁਸੀਂ ਅਪਲਾਈ ਕਰਨਾ ਹੈ ਉਸ ਤੋਂ ਬਾਅਦ ਅਗਰ ਆਪਾਂ ਫੀਸ ਪੇਮੈਂਟ ਦੀ ਗੱਲ ਕਰੀਏ ਤਾਂ ਇਹਦੇ ਵਾਸਤੇ ਜਿਹੜੀ ਲਾਸਟ ਡੇਟ ਅਪਲਾਈ ਕਰਨਦੀ ਹੈ ਉਹ 26 2021 ਤੱਕ ਤੁਸੀਂ ਜਿਹੜੀ ਆ ਉਹ ਅਪਲਾਈ ਕਰ ਸਕਦੇ ਆ ਔਰ ਜਿਹੜੀਆਂ ਵੈਕੈਂਸੀਜ਼ ਹੈ ਇਹ ਆਊਟ ਕਰ ਦਿੱਤੇ ਗਏ ਆ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਲਈ ਮੀਨਸ ਜੇਲ੍ਹ ਡਿਪਾਰਟਮੈਂਟ ਦੇ ਵਾਸਤੇ ਇਹ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਆ ਪੀ ਟ੍ਰਿਪਲ ਐਸ ਪੀ ਨੇ ਵੈਕੈਂਸੀਜ਼ ਨੂੰ ਆਊਟ ਕੀਤਾ ਹੈ ਮੁੰਡੇ ਕੁੜੀਆਂ ਦੋਨੋਂ ਐਲੀਜੀਬਲ ਆ ਦੋਨੋਂ ਅਪਲਾਈ ਕਰ ਸਕਦੇ ਆ ਜਿਦੇ ਵਿੱਚ ਜਿਹੜੀਆਂ 815 ਵੈਕੈਂਸੀਜ਼ ਆ ਉਹ ਬਾਡਰ ਦੀਆਂ ਆ ਉਸ ਤੋਂ ਬਾਅਦ ਮੈਟਰਿੰਗ ਦੀਆਂ ਜਿਹੜੀਆਂ ਵੈਕੈਂਸੀਸ ਆ ਉਹ 32 ਅਤੇ ਵਿੱਚ ਆਊਟ ਕਰ ਦਿੱਤੀਆਂ ਗਈਆਂ ਆ ਜੇ ਮੈਂ ਤੁਹਾਨੂੰ ਦੱਸਿਆ ਇਹਦੇ ਵਿੱਚ ਅਪਲਾਈ ਕਰਨਾ ਸ਼ੁਰੂ ਹੋ ਚੁੱਕਿਆ ਹੈ ਤੇ ਦੋਨੋਂ ਟਾਈਪ ਦੀਆਂ ਵੈਕੈਂਸੀਸ ਦੇ ਵਾਸਤੇ ਐਲੀਜੀਬਿਲਟੀ ਬਿਲਕੁਲ ਡਿਫਰੈਂਟ ਹੈ ਈਵਨ ਸਿਲੈਕਸ਼ਨ ਪ੍ਰੋਸੀਜਰ ਵੀ ਬਿਲਕੁਲ ਡਿਫਰੈਂਟ ਹੈ ਇੱਕ ਇੱਕ ਕਰਕੇ ਦੋਨਾਂ ਦੀ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਜਿਹੜੀ ਪੋਸਟ ਹੈ ਇਹਦੇ ਵਿੱਚ ਜਿਹੜੀ ਕੁਆਲਿਫੀਕੇਸ਼ਨ ਅਤੇ ਫਿਜ਼ੀਕਲ ਐਫੀਸ਼ੀਐਂਸੀ ਆ ਪਹਿਲਾਂ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਫਿਰ ਆਪਾਂ ਚੱਲਾਂਗੇ ਨੈਕਸਟ ਸੈਕੰਡ ਪੋਸਟ ਦੇ ਉੱਤੇ ਪਹਿਲੀ ਪੋਸ ਦੀ ਆਪਾਂ ਇਹਦੇ ਵਿੱਚ ਗੱਲ ਕਰਦੇ ਪਏ ਆ ਜਿਹੜੀ ਕਿ ਬਾਦਰ ਦੇ ਪੋਸਟ ਹੈ ਜਿਹੜੇ ਕੈਂਡੀਡੇਟ ਨੇ 12ਵੀਂ ਪਾਸ ਕੀਤੀ ਹੋਈ ਆ ਜਾਂ ਫਿਰ ਉਹਦੇ ਇਕੁਅਲ ਕੋਈ ਵੀ ਕੁਆਲਿਫੀਕੇਸ਼ਨ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਆ ਇਹਦੇ ਨਾਲ-ਨਾਲ ਜੇ ਤੁਸੀਂ ਪੰਜਾਬੀ ਸਬਜੈਕਟ ਨਾ ਪਾਸ ਆਊਟ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਆ ਜੇ ਤੁਹਾਡੇ ਕੋਲ ਜਿਹੜੀ میٹرਿਕ ਦੇ ਵਿੱਚ 10th ਜਿਹੜੀ ਪੰਜਾਬੀ ਸਬਜੈਕਟ ਨਾ ਮਤਲਬ ਜਿਹੜਾ ਕੰਪਲਸਰੀ ਸਬਜੈਕਟ ਹੈ ਉਹਦੇ ਨਾਲ ਪਾਸ ਆਊਟ ਨਹੀਂ ਕੀਤੀ ਐਜ਼ ਅ ਇਲੈਕਟਿਵ ਸਬਜੈਕਟ ਤੁਹਾਡੇ ਕੋਲ ਸੀਗਾ ਤਾਂ ਤੁਸੀਂ ਇਹਦੇ ਵਾਸਤੇ ਅਪਲਾਈ ਕਰ ਸਕਦੇ ਆ ਜਾਂ ਤੁਸੀਂ ਕੋਈ ਅਗਰ ਐਡੀਸ਼ਨਲ ਇਗਜ਼ਾਮ ਵੀ ਦਿੱਤਾ ਹੈ ਤਾਂ ਵੀ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਅਗਰ ਆਪਾਂ ਇਹਦੀ ਗੱਲ ਕਰੀਏ ਪੀਐਮਟੀ ਟੈਸਟ ਜਿਹੜਾ ਇਹਦੇ ਵਿੱਚ ਹੋਊਗਾ ਫਰਸਟ ਪੋਸਟਿਵ ਫਿਜ਼ੀਕਲ ਮੈਜ਼ਰਮੈਂਟ ਟੈਸਟ ਇਹਦੇ ਵਿੱਚ ਜਿਹੜਾ ਫਿਜ਼ੀਕਲ ਸਟੈਂਡਰਡ ਦੀ ਮਿਨੀਮਮ ਹਾਈਟ ਰਿਕ 5 ਫੁੱਟ 7 ਇੰਚ ਤੁਹਾਡੀ ਜੇ ਅਗਰ ਹਾਈਟ ਹੈ ਤੁਸੀਂ ਅਪਲਾਈ ਕਰ ਸਕਦੇ ਆ ਇਸ ਤੋਂ ਇਲਾਵਾ ਇਹਨਾਂ ਨੇ ਇੱਥੇ ਮੈਂਸ਼ਨ ਕੀਤਾ ਹੋਇਆ ਹੈ 5 ਫੁੱਟ ਤੇ 4.5 ਇੰਚ ਜਿਹੜਾ ਵਾ ਉਹ ਛੋਟ ਦਿੱਤੀ ਜਾ ਰਹੀ ਜਿਹੜੇ ਡੋਗਰਾ ਤੇ ਗੋਰਖਾ ਕੈਂਡੀਡੇਟ ਹੈ ਉਹਨਾਂ ਵਾਸਤੇ ਆ ਤੇ ਚੈਸਟ ਜਿਹੜੀ ਤੁਹਾਡੀ ਅਨਐਕਸਪੈਂਡਿਡ ਜਿਹੜੀ 33 ਹੈ ਤੇ ਐਕਸਪੈਂਡਿਡ ਜਿਹੜੀ 43.5 ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਬਾਕੀ ਵਿਜ਼ਨ ਬਾਰੇ ਇਹਨਾਂ ਨੇ ਦੱਸਿਆ ਉਹ ਤੁਸੀਂ ਆਪਣੇ ਅਕੋਰਡਿੰਗਲੀ ਚੈੱਕ ਕਰ ਲੈਣਾ ਉਸ ਤੋਂ ਬਾਅਦ ਜਿਹੜਾ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੈ ਇਹਦੇ ਵਿੱਚ ਜਿਹੜਾ ਮੇਲ ਕੈਂਡੀਡੇਟ ਦੇ ਵਾਸਤੇ ਇਹਨਾਂ ਨੇ ਮੈਂਸ਼ਨ ਕੀਤਾ ਹੈ 100 ਮੀਟਰ ਦੀ ਜਿਹੜੀ ਸਾਡੀ ਰਨ ਹੋਊਗੀ ਇਹਦੇ ਵਿੱਚ 15 ਸੈਕਿੰਡ ਤੁਹਾਨੂੰ ਦਿੱਤੇ ਜਾਣਗੇ ਇੱਕ ਚਾਂਸ ਤੁਹਾਨੂੰ ਮਿਲੇਗਾ ਉਸ ਤੋਂ ਬਾਅਦ ਸ਼ਾਰਟ ਪੁੱਟ ਜਿਹੜਾ ਵਾ 7.26 ਕਿਲੋਗ੍ਰam ਦਾ ਹੋਊਗਾ 16 ਪਾਉਂਡ ਦਾ ਮਤਲਬ ਇਹਦੇ ਵਿੱਚ ਤੁਹਾਨੂੰ ਜਿਹੜਿਆ 5.50 ਮੀਟਰ ਜਿਹੜਿਆ ਤਾਂ ਹੋਊਗਾ ਔਰ ਇਹਦੇ ਵਿੱਚ ਸਾਡੇ ਜਿਹੜੇ ਤਿੰਨ ਚਾਂਸ ਜਿਹੜੇ ਦਿੱਤੇ ਜਾਣਗੇ ਉਸ ਤੋਂ ਬਾਅਦ ਤੁਹਾਡੇ ਜਿਹੜਿਆ ਰੋਪ ਕਲਾਈਮਿੰਗ ਹੋਊਗੀ ਇਦੇ ਵਿੱਚ ਤੁਹਾਨੂੰ 15 ਫੀਟ ਦਾ ਆਊਗਾ ਔਰ ਤਿੰਨ ਚਾਂਸ ਇਹਦੇ ਵਾਸਤੇ ਦਿੱਤੇ ਜਾਣਗੇ ਤਾਂ ਇਹਦੇ ਅਕੋਰਡਿੰਗਲੀ ਹੀ ਤੁਸੀਂ ਤਿਆਰ ਰਹਿਣਾ ਬਾਕੀ ਐਕ ਸਰਵਿਸਮੈਨ ਦੇ ਜਿਹੜੇ ਮਿਲ ਕੈਂਡੀਡੇਟ ਹੈ ਉਹਨਾਂ ਨੂੰ ਕੁਝ ਛੂਟ ਅਥੀ ਦਿੱਤੀ ਗਈ ਹੈ ਜਿਵੇਂ 100 ਮੀਟਰ ਦੀ ਰੇਡਣਾ ਹੈ ਉਹ ਸਾਢੇ 17 ਸੈਕਿੰਡ ਦੇ ਵਿੱਚ ਤੁਸੀਂ ਕਰ ਸਕਦੇ ਆ ਤੇ ਇੱਕ ਚਾਂਸ ਉਹਨਾਂ ਦੇ ਵਿੱਚ ਦਿੱਤਾ ਜਾਊਗਾ ਐਦੇ ਸ਼ਾਰਟ ਪੁੱਟ ਦੇ ਵਿੱਚ 7.26 ਕਿਲੋਗ੍ਰਾਮ 16 ਪਾਉਂਡ ਦਾ ਜਿਹੜਾ ਹੋਏਗਾ 5 ਮੀਟਰ ਦੀ ਰਹੇਗੀ ਇਹਦੇ ਵਿੱਚ ਤੁਹਾਡਾ ਟਾਈਮ ਰਹੇਗਾ ਔਰ ਤਿੰਨ ਚਾਂਸ ਜਿਹੜੇ ਤੁਹਾਨੂੰ ਦੇ ਚਿੱਤੇ ਦਿੱਤੇ ਜਾਣਗੇ ਇਸ ਇਹਦੇ ਵਿੱਚ ਰੋਪ ਕਲਾਈਮਿੰਗ ਜਿਹੜੀ ਆ 12 ਫੁੱਟ ਦੀ ਹੋਊਗੀ ਤਿੰਨ ਚਾਂਸ ਜਿਹੜੇ ਆ ਉਹ ਤੁਹਾਨੂੰ ਇਹਦੇ ਵਾਸਤੇ ਦਿੱਤੇ ਜਾਣਗੇ ਹੁਣ ਆਪਾਂ ਚੱਲਦੇ ਆ ਨੈਕਸਟ ਪੋਸਟ ਦੇ ਉਤੇ ਨੈਕਸਟ ਜਿਹੜੀ ਪੋਸਟ ਆਊਟ ਕੀਤੀ ਗਈ ਹੈ ਇਹ ਹੈਗੀ ਹੈ ਮੈਟਰਨ ਦੇ ਵਾਸਤੇ ਜਿਹੜੀ ਮੈਟਰਨ ਦੀ ਪੋਸਟ ਹੈ ਨਾ ਇਹਦੇ ਇਹਦੇ ਵਾਸਤੇ ਸਿਰਫ ਔਰ ਸਿਰਫ ਫੀਮੇਲ ਕੈਂਡੀਡੇਟ ਐਲੀਜੀਬਲ ਹੈ ਤੇ ਵਾਟਰ ਦੀ ਜਿਹੜੀ ਪੋਸਟ ਹੈ ਉਹਦੇ ਵਾਸਤੇ ਮੇਲ ਕੈਂਡੀਡੇਟ ਐਲੀਜੀਬਲ ਹੈ ਹੁਣ ਆਪਾਂ ਮੈਟਰਨ ਦੀ ਪੋਸਟ ਦੀ ਗੱਲ ਕਰ ਰਹੇ ਹਾਂ ਇਹਦੇ ਵਾਸਤੇ ਵੀ ਸੇਮ ਐਲੀਜੀਬਿਲਟੀ ਐ ਕੁਆਲਿਫਿਕੇਸ਼ਨ ਦੀ ਚਾਹੇ ਉਹ ਪੰਜਾਬੀ ਸਬਜੈਕਟ ਨੂੰ ਲੈ ਕੇ ਹੋਵੇ ਚਾਹੇ ਆਪਣੀ ਜਿਹੜੀ ਮਿਨੀਮਮ ਕੁਆਲਿਫਿਕੇਸ਼ਨ ਜਿਵੇਂ ਕਿ 12th ਰਿਕੁਆਇਰਡ ਹੈ ਉਹ ਨੂੰ ਲੈ ਕੇ ਹੋਵੇ ਤਾਂ ਸੇਮ ਕੁਆਲਿਫਿਕੇਸ਼ਨ ਹੈ ਆਪਾਂ ਗੱਲ ਕਰਦੇ ਹਾਂ ਜਿਹੜੀ ਫਿਜ਼ੀਕਲ ਮੈਜ਼ਰਮੈਂਟ ਟੈਸਟ ਵਿੱਚ ਜਿਹੜੀ ਹਾਈਟ ਫੀਮੇਲ ਦੀ ਰਿਕੁਆਇਰਡ ਹੈ 5 ਫੁੱਟ 10 ਇੰਚ ਹੈ ਔਰ 50 ਕਿਲੋਗ੍ਰਾਮ ਤੁਹਾਡਾ weight ਹੈ ਜਾਂ ਉਸ ਤੋਂ ਅਬੋਵ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਦੀ ਆਪਾਂ ਜੇ ਗੱ ਇਦੇ ਵਿੱਚ 100 ਮੀਟਰ ਦੀ ਦੌੜ ਜਿਹੜੀ ਹੋਏਗੀ ਫੀਮੇਲ ਕੈਂਡੀਡੇਟ ਦੇ ਲਈ ਹੀ ਇਹ ਵੈਕੈਂਸੀਸ ਐ 18 ਸੈਕਿੰਡ ਤੁਹਾਨੂੰ ਦਿੱਤੇ ਜਾਣਗੇ ਲੇਕਿਨ ਚਾਂਸ ਸਿਰਫ ਇੱਕ ਹੀ ਦਿੱਤਾ ਜਾਊਗਾ ਸ਼ਾਰਟ ਪੁੱਟ ਜਿਹੜਾ ਆ ਉਹਨਾਂ ਨੇ ਮੈਂਸ਼ਨ ਕੀਤਾ ਹੈ 12 ਪਾਉਂਡ ਦਾ ਹੋਊਗਾ ਉਸ ਤੋਂ ਬਾਅਦ 4 ਮੀਟਰ ਦੀ ਹੋਏਗੀ ਔਰ ਤਿੰਨ ਚਾਂਸ ਤੁਹਾਨੂੰ ਦਿੱਤੇ ਜਾਣਗੇ ਤੇ ਰੋਪ ਕਲਾਈਮਿੰਗ ਦੇ ਵਾਸਤੇ 12 ਫੁੱਟ ਤਿੰਨ ਚਾਂਸ ਦਿੱਤੇ ਜਾਣਗੇ ਤੇ ਜੇ ਕੋਈ ਫੀਮੇਲ ਕੈਂਡੀਡੇਟ ਐਕਸ ਸਰਵਿਸਮੈਨ ਐ ਉਹ ਆਪਣੇ ਅਕੋਰਡਿੰਗਲੀ ਇਹ ਵਾਲੇ ਕਾਲਮ ਤੋਂ ਚੈੱਕ ਕਰਕੇ ਜਿਹੜਾ ਅਪਲਾਈ ਕਰ ਸਕਦੇ ਆ ਹੁਣ ਆਪਾਂ ਇਹਦੇ ਵਿੱਚ ਗੱਲ ਕਰਦੇ ਇਹਨਾਂ ਦੇ ਕੈਟਾਗਰੀ ਵਾਈਜ਼ ਵੈਕੈਂਸੀਸ ਨੂੰ ਇੱਥੇ ਦੇਖੋ ਡਿਵਾਈਡ ਕੀਤਾ ਹੋਇਆ ਜਿਵੇਂ ਕਿ ਜਿਵੇਂ ਤਾਂ ਮੈਂ ਦੱਸਿਆ ਵਾਰਡਰ ਦੀਆਂ ਮੇਲ ਕੈਂਡੀਡੇਟ ਦੀਆਂ ਵੈਕੈਂਸੀਸ ਐ ਜਿਹੜੀਆਂ ਮਾਰਟਨ ਦੀਆਂ ਉਹ ਫੀਮੇਲ ਦੇ ਵਾਸਤੇ ਆ ਤਾਂ ਤੁਸੀਂ ਦੇਖ ਸਕਦੇ ਆ 815 ਪੋਸਟਾਂ ਜਿਹੜੀਆਂ ਉਹ ਮੇਲ ਕੈਂਡੀਡੇਟ ਲਈ ਐ 32 ਪੋਸਟਾਂ ਫੀਮੇਲ ਕੈਂਡੀਡੇਟ ਲਈ ਐ ਕੈਟਾਗਰੀ ਵਾਈਜ਼ ਤੁਸੀਂ ਆਪਣੇ ਅਕੋਰਡਿੰਗਲੀ ਜਿਹੜਾ ਉਹ ਚੈੱਕ ਕਰਨਾ ਹੈ ਠੀਕ ਹੈ ਤਾਂ ਹੀ ਤੁਸੀਂ ਅਪਲਾਈ ਕਰਨਾ ਉਸ ਤੋਂ ਬਾਅਦ ਜੇ ਤੁਸੀਂ ਅਪਲਾਈ ਕਰੋਗੇ ਤੁਹਾਨੂੰ ਇੱਕ ਆਪਸ਼ਨ ਆਊਗਾ ਉੱਥੇ ਕੈਟਾਗਰੀ ਕੋਡ ਭਰੋ ਕੈਟਾਗਰੀ ਕੋਡ ਆਹੀ ਵਾਲੀ ਆਪਸ਼ਨ ਹੈ ਇੱਥੇ ਤੁਸੀਂ ਆਪਣੇ ਅਕੋਰਡਿੰਗਲੀ ਜਿੱਦਾਂ ਜਨਰਲ ਵਾਸਤੇ 101 ਹੈ ਇੱਥੇ ਤੁਸੀਂ ਉੱਥੇ ਜਿਹੜਾ ਫਿਲ ਕਰਨਾ ਹੈ ਅਪਲਾਈ ਕਰਦੇ ਹੋਏ ਇਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਇਹਦੇ ਵਿੱਚ ਏਜ ਕਟੇਰੀਆ ਇਹਨਾਂ ਪੋਸਟਾਂ ਦੇ ਵਾਸਤੇ ਕੀ ਰਹਿਣਾ ਹੈ ਤੇ ਤਨਖਾਹ ਸਕੇਲ ਦੇ ਵਿੱਚ ਕੀ ਦਊਗਾ ਉਹ ਐਸ ਪਰ ਨਾਰਮਸ ਰਹੂਗੀ ਇਹ ਵਾਲਾ ਕਾਲਮ ਤੁਸੀਂ ਜਿਹੜਾ ਪੜ ਸਕਦੇ ਆ ਮਤਲਬ ਜਿਹੜਾ ਬੇਸਿਕ ਤੁਹਾਡੀ ਪੇ ਦੇ ਵਿੱਚ ਰਹਿਣ ਵਾਲੀ ਆ 1900 ਹੀ ਹੈ ਜਿਹੜਾ ਇਹਨਾਂ ਨੇ ਸ਼ਾਰਟ ਨੋਟੀਫਿਕੇਸ਼ਨ ਦੇ ਵਿੱਚ ਵੀ ਮੈਂਸ਼ਨ ਕੀਤਾ ਹੀ ਸੀਗਾ ਤੇ ਉਹਦੇ ਅਕੋਰਡਿੰਗਲੀ ਤੁਸੀਂ ਜਿਹੜਾ ਅਪਲਾਈ ਕਰਨਾ ਹੈ ਉਸ ਤੋਂ ਬਾਅਦ ਇਦੇ ਵਿੱਚ ਜੇ ਜਿਹੜੀ ਤੁਹਾਡੀ ਉਮਰ ਹੱਦ ਦੀ ਗੱਲ ਕਰੀਏ ਘੱਟੋ ਘੱਟ 18 ਅਤੇ ਵੱਧ ਤੋਂ ਵੱਧ ਜਿਹੜਿਆ ਉਹ 27 ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਆ ਇਸ ਤੋਂ ਇਲਾਵਾ ਰਿਜ਼ਰਵ ਕੈਂਡੀ ਨੂੰ ਰਿਲੈਕਸੇਸ਼ਨ ਜਿਹੜਾ ਇੱਥੇ ਮਿਲ ਸਕਦੇ ਆ ਜਿਵੇਂ OBC ਨੂੰ SC ST ਨੂੰ ਆਪਣੇ ਅਕੋਰਡਿੰਗਲੀ ਤੁਸੀਂ ਉਹਨੂੰ ਚੈੱਕ ਕਰਨਾ ਹੈ ਤੇ ਉਹਦੇ ਅਕੋਰਡਿੰਗਲੀ ਤੁਸੀਂ ਅਪਲਾਈ ਕਰਨਾ ਹੈ ਨੈਕਸਟ ਜਿਹੜੀ ਗੱਲ ਆਉਂਦੀ ਹੈ ਐਪਲੀਕੇਸ਼ਨ ਫੀ ਦੀ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਜਨਰਲ OBC ਦੀ ਜਨਰਲ ਕੈਂਡੀਡੇਟ ਵਾਸਤੇ ਤਾਂ ਉਹਨਾਂ ਦੇ ਵਾਸਤੇ ਜਿਹੜੀ 1000 ਐਪਲੀਕੇਸ਼ਨ ਦੀ ਫੀ ਹੈ ਅਗਰ ਕੋਈ ਪਲੇਅਰ ਹੈ ਜਾਂ ਕੋਈ ਫ੍ਰੀडम फाइਟਰ ਹੈ ਤਾਂ ਅੰਤਰਤਾ ਸੰਗਰਾਮੀ ਨੇ ਮੈਂਸ਼ਨ ਕੀਤਾ ਹੈ ਫ੍ਰੀडम ਫਾਈਟਰ ਫਾਈਟਰ ਜੀ ਅਪਲਾਈ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਵੀ ਸੇਮ ਐਪਲੀਕੇਸ਼ਨ ਦੀ ਫੀ ਹੈ ਜਿਹੜੀ ਕਿ 1000 ਹੈ ਨੈਕਸਟ SC BC ਦੀ ਆਪਾਂ ਗੱਲ ਕਰੀਏ ਤੇ EWS ਦੇ ਲਈ 250 ਰੁਪਏ ਐਪਲੀਕੇਸ਼ਨ ਦੀ ਫੀ ਹੈ ਉਸ ਤੋਂ ਬਾਅਦ ਐਕ ਸਰਵਿਸਮੈਨ ਅਤੇ ਡਿਪੈਂਡੈਂਟ ਕੈਟਾਗਰੀ ਦੇ ਵਾਸਤੇ 200 ਰੁਪਏ ਜਿਹੜੇ ਐਪਲੀਕੇਸ਼ਨ ਦੀ ਫੀ ਰਹੇਗੀ ਉਸ ਤੋਂ ਬਾਅਦ ਸਿਲੈਕਸ਼ਨ ਪ੍ਰੋਸੀਜਰ ਐਕਚੁਅਲੀ ਇਹ ਵਾਲਾ ਜਿਹੜਾ ਸਿਲੈਕਸ਼ਨ ਪ੍ਰੋਸੀਜਰ ਹੈ ਪ੍ਰੋਪਰ ਇਹਨਾਂ ਨੇ ਮੈਂਸ਼ਨ ਕੀਤਾ ਹੈ ਉੱਪਰ ਤੇ ਇਹਨਾਂ ਨੇ ਫਿਜ਼ੀਕਲ ਐਫੀਸ਼ੀਐਂਸੀ ਦੱਸੀ ਸੀਗੀ ਹੁਣ ਇਹ ਜਿਹੜਾ ਤੁਹਾਡਾ ਸਿਲੈਕਸ਼ਨ ਪ੍ਰੋਸੀਜਰ ਹੋਊਗਾ 8ਵਾਂ ਪੁਆਇੰਟ ਹੈ ਜਿਹਨੂੰ ਤੁਸੀਂ ਰੈਫਰ ਕਰ ਸਕਦੇ ਆ ਇਹ ਤੁਹਾਡਾ ਜਿਹੜਾ ਪਹਿਲਾ ਐਗਜ਼ਾਮ ਹੋਣ ਵਾਲਾ ਹੈ ਆਬਜੈਕਟਿਵ ਟਾਈਪ ਤੁਹਾਡਾ ਹੋਊਗਾ ਜਿਹਦੇ ਵਿੱਚ ਮਲਟੀਪਲ ਚੁਆਇਸੇ ਤੁਹਾਡੇ ਜਿਹੜੇ ਆ ਉਹ ਕੁਐਸਚਨ ਹੋਣਗੇ ਉਸ ਤੋਂ ਬਾਅਦ ਤੁਹਾਡੇ ਜਿਹੜੀ ਹੈ ਕਾਮਨ ਮੈਰਿਟ ਲਿਸਟ ਲੱਗੂਗੀ ਮਾਰਕਸ ਅਕੋਰਡਿੰਗਲੀ ਤੇ ਇਹਨਾਂ ਨੇ ਇੱਥੇ ਇਹ ਵੀ ਮੈਂਸ਼ਨ ਕੀਤਾ ਹੈ ਕਿਹੜੀ ਆਪਣੇ ਅਕੋਰਡਿੰਗਲੀ ਜਿਹੜਾ ਇਹਨੂੰ ਚੈੱਕ ਕਰ ਸਕਦੇ ਆ ਤੇ ਤੁਸੀਂ ਜੇ ਇਲੀਜੀਬਲ ਨੇ ਬਸ ਇਹੀ ਮੇਨ ਚੀਜ਼ਾਂ ਸੀਗੀਆਂ ਜਿਹੜੀਆਂ ਤੁਹਾਡੇ ਵਾਸਤੇ ਇੰਪੋਰਟੈਂਟ ਸੀਗੀਆਂ ਇਹਨਾਂ ਨੂੰ ਧਿਆਨ ਚ ਰੱਖਦੇ ਤੁਸੀਂ ਅਪਲਾਈ ਕਰ ਲੈਣਾ ਸਾਡੀ ਆਫੀਸ਼ੀਅਲ ਸਾਈਟ ਤੇ ਜਾ ਕੇ ਤੁਹਾਨੂੰ ਲਿੰਕ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਸੈਕਿੰਡ ਨੰਬਰ ਤੇ ਤੁਹਾਨੂੰ ਲਿੰਕ ਮਿਲ ਜਾਊਗਾ ਉੱਥੇ ਜਾ ਕੇ ਸਿੱਧਾ ਤੁਸੀਂ ਅਪਲਾਈ ਕਰ ਸਕਦੇ ਆ ਤੁਹਾਡਾ ਕੋਈ ਕੁਐਸਚਨ ਹੈ ਕਮੈਂਟ ਕਰਕੇ ਪੁੱਛ ਸਕਦੇ ਆ ਅੱਜ ਦੇ ਲਈ ਐਨਾ ਹੀ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਨੈਕਸਟ ਨਵੀਂ ਇਨਫੋਰਮੇਸ਼ਨ ਦੇ ਨਾਲ ਥੈਂਕਸ ਫॉर ਵਾਚਿੰਗ